مالك يوم الدين إياك نعبد وإياك نستعين اهدنا الصراط المستقيم صراط الذين أنعمت عليهم غير المغضوب عليهم ولا الضالين بجاه محمد وآله الطيبين الطاهرين المعصومين المقربين المنتخبين المنتجبين یا رب العالمین مجلس عزا منظور و مقبول فرما مثال ثواب دی مجلس مرحوم و مغفور سرگانہ صاحب دے اللہ درجات بلند فرما مجلس عزا اچ کوئی مومن مریض ہے مومنہ مریضہ ہے صحت یاب فرما کوئی مومن بے اولاد ہے نیک اولاد عطا فرما تندست ہے حلال درس کے کثیر عطا فرما بے روزگار ہے روزگار عطا فرما اوکھا دور ہر شریف دی عزت محفوظ و معمون فرما امام العصر دا ہونے ظہور فرما مولا دی زیارت دے قابل بنا اللہم صلی علی محمد صلوات و اجازت ہے جناب ذکر پاک سے اپنے وقت ہی مجلس پڑھنی ہے سورہ احزاب دی آیت ہے رسول کو ذمہ داری یاد دیوئیس منصب یاد دیوئیس فرمایا انا ارسلنا کا انا جمع دا صیغہ واحد دا نہیں رسول تے کو اساں بھیجے تے کو اے نسی آکھا جو میں بھیجے اساں بھیجے او تے ہکے اے بے کون نے
ਤੋ ਇਤਜਾਜ ਤਬਰਸੀ ਚ ਅਮੀਰੁਲ ਮੋਮਿਨੀਨ ਕੋਲ ਪੁੱਛਿਆ ਗਿਆ ਮੌਲਾ ਇਹ ਕਿੱਥਾ ਹੀ ਅੱਲਾ ਵਾਹਿਦ ਦੇ ਸੀਗੇ ਚਲਵਾਉਂਦਾ ਕਿੱਥਾ ਹੀ ਜਮਾਂ ਦੇ ਸੀਗੇ ਚਲਵਾਉਂਦਾ ਮੈਂ ਕਿਆ ਹੈ ਅਸਾਂ ਕਿਆ ਹਿੰ ਫਰਮਾਇਆ ਜਿੱਥਾਂ ਮੈਂ ਕਰਕੇ ਬੁਲੈਂਦਾ ਕੱਲਾ ਹੁੰਦਾ ਹੈ ਜਿੱਥਾਂ ਅਸਾਂ ਕਰਕੇ ਅਲਵੈਂਦਾ ਅਸਾਂ ਚੌਧਾ ਨਾ ਲਾਉਂਦਾ ਅਤੇ ਅਸਾਂ ਭੇਜੇ ਤਫਸੀਲ ਦਾ ਟਾਈਮ ਨਹੀਂ ਭੇਜਣ ਵਾਲੇ ਵੀ ਆਪ ਹਨ ਆਵਣ ਵਾਲੇ ਵੀ ਆਪ ਭੇਜਣ ਵਾਲੇ ਵੀ ਆਪ ਇਹਨਾਂ ਨਹਨ ਨਜ਼ਲ ਨ ਜ਼ਿਕਰ ਵਾ ਇਹਨਾਂ ਲਹੂ ਲਹਾਫਿਜ਼ੂਨ ਜ਼ਿਕਰ ਕੋ ਨਾਜ਼ਿਲ ਵੀ ਹਮਨੇ ਹੀ ਕੀਆ ਇਸ ਕੀ ਹਿਫਾਜ਼ਤ ਵੀ ਹਮ ਹੀ ਕਰੇਂਗੇ ਨਾਜ਼ਿਲ ਕਰਨ ਵਾਲੇ ਵੀ ਆਪ ਹਨ ਥੀਵਣ ਵਾਲੇ ਵੀ ਆਪ ਹਨ ਹਿਫਾਜ਼ਤ ਕਰਨ ਵਾਲੇ ਵੀ ਹਿਫਾਜ਼ਤ ਕਰਨ ਵਾਲੇ ਵੀ ਕੁਛ ਸ਼ੱਕ ਬਾਕੀ ਹੈ ਤਾਂ ਮੈਂ ਦੂਰ ਕਰਨਾ ਚਾਹੁੰਦਾ ਮੁਤਲਾ ਬਈ ਅਮੀਰੁਲ ਮੋਮਿਨੀਨ ਪੁੱਤਰਾਂ ਕੋ ਫਰਮਾਇਆ ਹਾਂ ਕਿ ਮੇਰਾ ਤਾਬੂਤ ਪਿਛਲੇ ਪਾਸੋਂ ਚਵਾਏ ਅੱਗੋਂ ਕੋਈ ਵੀ ਅੱਛੇ ਸੀ ਸਾਰੇ ਰਾਹ ਘਿਨਣ ਆਵੇ ਤਾਂ ਉਹਦੇ ਨਾਲ ਬਹਿਸ ਤਕਰਾਰ ਨਾ ਕਰੇ ਮੇਰਾ ਤਾਬੂਤ ਉਹਦੇ ਹੱਥਾਂ ਤੇ ਡੇ ਛੋੜੇ ਮੌਲਾ ਅਸਾਂ ਦੇ ਰਸਤੇ ਤੇ ਇੱਕ ਨਕਾਬ ਪੋਸ਼ ਆਏ ਮੇਰੇ ਕੋਲ ਮੇਰੇ ਬਾਬੇ ਦਾ ਤਾਬੂਤ ਮੰਗੇ ਮੈਂ ਆਖੇ ਡੈਣ ਦਾ ਜ਼ਰੂਰ ਹਾਂ ਪਹਿਲੇ ਨਕਾਬ ਹਟਾ ਕੇ ਦਿਖਾ ਤਾਂ ਸਹੀ ਘਿਨਣ ਵਾਲਾ ਹੈ ਕੌਣ ਮੌਲਾ ਤੋ ਮੌਲਾ ਫਰਮਾਨ ਨਕਾਬ ਪੋਸ਼ ਨਕਾਬ ਹਟਾਏ ਤਾਂ ਮੈਂ ਡਿੱਠਾ ਕਿਆ ਹੈ ਜਨਾਜ਼ਾ ਅਲੀ ਦੇ ਮੰਗਣ ਵਾਲੇ ਅਲੀ ਛਾਉਣ ਵਾਲੇ ਘਬਰਾ ਤੋਂ ਨਹੀਂ ਗਏ ਘਬਰਾ ਤੋਂ ਨਹੀਂ ਗਏ ਜਨਾਬ ਹਮਨੇ ਆਪਕੋ ਭੇਜਾ ਭੇਜਾ ਕਿਉਂ ਤਵਜੋ ਹਾਥ ਮੁੰਤਸ਼ਰੇ ਨਹੀਂ ਵਾਸਤੇ ਇੱਕ ਅੱਧਾ ਜੁਮਲਾ ਪੜਾ ਮੀ ਮਕਸਦ ਵਾਲੇ ਪਾਸੇ ਆਵਣਾ ਚਾਹਨਾ ਮਨਸਬ ਯਾਦ ਦਿਵਾਇਸ ਸ਼ਾਹਿਦ ਹੋਂ ਵਾ ਮੁਬਸ਼ਰ ਹੋਂ ਵਾ ਨਜ਼ੀਰਾ ਸ਼ਾਹਿਦ ਬਣਾ ਕਰ ਮੁਬਸ਼ਰ ਬਣਾ ਕਰ ਨਜ਼ੀਰ ਬਣਾ ਕਰ ਸ਼ਾਹਿਦ ਕਾ ਕੁਆ ਦਿਨ ਗਵਾਹ ਕੋ ਗਵਾਹ ਕਾ ਕੁਆ ਦਿਨ ਗਵਾਹ ਉਹ ਕੁਆ ਦਿਨ ਜਿਹੜਾ ਗਵਾਹੀ ਦੇਵੇ ਸ਼ਾਹਿਦ ਆ ਦਿਨ ਗਵਾਹ ਕੋ ਉਹ ਮਿਸਾਲ ਦੇ ਤੌਰ 'ਤੇ ਫਿਰ ਨਾਸਰ ਮਹਿਦੀ ਚਮਨ ਬਾਦ ਭਾਈ ਮੁਸਤਫਾ ਭਾਈ ਅਜ਼ਹਰ ਮਾਂ ਸਾਹਿਬ ਬੈਠੇ ਤਾਂ ਹਿੰਨ ਡੇਧਾ ਤਾਂ ਮੈਂ ਬੈਠਾ ਹੁਣ ਮੈਂ ਨਾ ਦੇਵਾਂ ਗਵਾਹੀ ਅੱਲਾਹ ਅਲਸਤੀ 'ਚ ਦਿਖਾਇਆ ਹਾਂ ਰਸੂਲ ਗਦੀਰ 'ਚ ਦਿਖਾਇਆ ਹਾਂ ਹੁਣ ਕੋਈ ਨਾ ਦੇਵੇ ਗਵਾਹੀ ਸ਼ਾਹਿਦ ਆਦਨ ਗਵਾਹ ਕੋ ਗਵਾਹ ਕਹਿ ਕੋ ਆਦਨ ਜਿਹੜਾ ਗਵਾਹੀ ਦੇਵੇ ਅੱਲਾ ਰਸੂਲ ਕੋ ਪਿਆ ਦੇ ਹਮਨੇ ਆਪਕੋ ਗਵਾਹ ਬਣਾ ਕਰ ਭੇਜਾ ਮੁਬਸ਼ਿਰ ਬਣਾ ਕਰ ਭੇਜਾ ਬਿਸ਼ਾਰਤ ਦੇਵਣ ਵਾਲਾ ਉਹ ਸਵਾਬ ਦੀ ਬਿਸ਼ਾਰਤ ਹੀ ਹੋ ਸਕਦੀ ਹੈ ਅਜ਼ਾਬ ਦੀ ਵੀ ਹੋ ਸਕਦੀ ਹੈ ਨਜ਼ੀਰ ਬਣਾ ਕਰ ਭੇਜਾ ਡਰਾਨੇ ਵਾਲਾ ਤ੍ਰੈ ਕੰਮ ਇਨ ਰਸੂਲ ਦੇ ਸ਼ਾਹਿਦ ਮੁਬਸ਼ਿਰ ਨਜ਼ੀਰ ਜਿਹੜਾ ਬਿਸ਼ਾਰਤ ਨਾ ਦੇਵੇ ਮੁਬਸ਼ਿਰ ਕੈਸਾ ਬਿਸ਼ਾਰਤ ਨਾ ਦੇਵੇ ਮੁਬਸ਼ਿਰ ਕੈਸਾ ਹਾਂ ਹੁਣ ਜਿਵੇਂ ਜਿਹੜਾ ਜ਼ਿਕਰ ਨਾ ਕਰੇ ਜ਼ਾਕਿਰ ਕੈਸਾ ਜਨਾਜ਼ਾ ਹੀ ਨਾ ਪੜ੍ਹਾ ਸੰਗੇ ਪੇਸ਼ ਇਮਾਮ ਕੈਸਾ ਸਬਕ ਨਾ ਦੇ ਸੰਗੇ ਮੁਦਰਸ ਕੈਸਾ ਜਿਹੜਾ ਗਵਾਹੀ ਨਾ ਦੇਵੇ ਸ਼ਾਹਿਦ ਕੈਸਾ ਜਿਹੜਾ ਡਰਾਵੇ ਨਹੀਂ ਨਜ਼ੀਰ ਕੈਸਾ
ਰਸੂਲ ਤ੍ਰੀਹੇ ਕੰਮ ਕੀਤੇ ਨਰੇਂਦਾ ਹੀ ਰੇ ਕੁਰਾਨ ਰਸੂਲ ਦੀ ਜ਼ਬਾਨ ਤੋਂ ਜਾ ਰਹੀ ਤੇ ਨਾ ਹਾ ਵਹੀ ਜਹੰਨਮ ਉੱਲਤੀ ਇਨ ਕੁੰਤੁਮ ਤੁਇਦੂਨਾ ਬਿਹਾ ਇਸ ਲਉ ਹਲ ਯੌਮ ਬਿਮਾ ਕੁੰਤੁਮ ਤਕਫੁਰੂਨ ਇਹੋ ਜਹੰਨਮ ਹੈ ਜਿਹਦਾ ਤੁਹਾਡੇ ਨਾਲ ਵਾਅਦਾ ਕੀਤਾ ਕਿ ਤੇ ਹਿਵੇ ਈ ਵਾਸਤੇ ਜੋ ਇਨਕਾਰ ਕਰੇ ਦੇ ਹਾਵੇ ਕਿਉਂ ਹੈ ਮਤਲਬ ਪੰਜਵਾਂ ਇਮਾਮ ਆਦਾ ਜੇ ਕੋਈ ਜਹੰਨਮ ਦੇਖਣ ਦਾ ਸ਼ੌਕ ਹੋਵੇ ਮੇਰੇ ਡਾਡੇ ਅਲੀ ਦੀ ਵਿਲਾਇਤ ਛੋੜ ਦੇਵੇ ਰਸੂਲ ਡਰੇਂਦਾ ਰੇ ਅਲੀ ਬਸ ਇਹਦੇ ਤੋਂ ਵੱਡਾ ਕਿਆ ਡਰਾਵੇ ਹਾਂ ਰਸੂਲ ਅੱਲਾਹ ਕਿਆ ਡਰਾਵੇ ਹਾਂ ਤੁਹਾਡੇ ਚ ਕੋਈ ਜੁਰਮ ਕਰੇ ਨਾ ਤੇ ਇਹਨਾਂ ਸਰਕਾਰਾਂ ਸਾਹਿਬਾਨ ਚ ਕੋਈ ਸਿਫਾਰਿਸ਼ ਕਰੇ ਛੁੱਟ ਪੈਂਦੇ ਤੇ ਅਗਰ ਮੈਂ ਕੁਰਾਨ ਚ ਡਿੱਠੇ ਅਲੀ ਯੁਨ ਵਲੀ ਯੁੱਲਾ ਦੇ ਮੁਨਕਿਰ ਦੀ ਸਿਫਾਰਿਸ਼ ਰਸੂਲ ਕਰੇ ਵਾਤੀ ਨਹੀਂ ਛੁੱਟਦਾ وَإِذَا قِيلَ لَهُمْ تَعَالُوا يَسْتَغْفِرْ لَكُمْ رَسُولُ اللَّهِ لَوَّوْا رُؤُوسَهُمْ وَرَأَيْتَهُمْ يَصُدُّونَ وَهُمْ مُسْتَكْبِرُونَ سَوَاءٌ عَلَيْهِمْ أَسْتَغْفَرْتَ لَهُمْ أَمْ لَمْ تَسْتَغْفِرْ لَهُمْ لَنْ يَغْفِرَ اللَّهُ لَهُمْ جب انہیں کہا جاتا ہے آؤ رسول آپ کے لیے مغفرت کی دعا کریں لَوَّوْا رُؤُوسَهُمْ وَرَأَيْتَهُمْ يَصُدُّونَ وَهُمْ مُسْتَكْبِرُونَ اللہ دے انہاں کو تکبر کریں دا دیکھ تفسیر دا میں ذمہ وار قرآن دے بارے اس کو پوچھا گے کیسے لوگ ان فرمایا رسول انہاں کو سڈیندا ہا علی دی ولایت واسطے اے تکبر کریں نے انہاں کو اللہ جواب دیتا ہے سواؤن علیہم افتغفرت لہم ام لم تفتغفر لہم لن یغفر اللہ لہم ادھے انہا واسطے مغفرت دی دعا مانگتے بھاوے نہ مانگ برابر ہے میں تا انہا کو نہ بخشے دا بات سمجھ آ رہی ہے نہیں آ رہی اللہ ڈروندا رے میں نے مولا دے منکراں واسطے اللہ رسول دی زبانی ڈروندا رے بشارت دیوندا رے انہاں کو جڑے میرے مولا دا ایتھوں اقرار کرے نن تے شاہد آ دین گواہ کو گواہ او کو آ دین جڑا گواہی دے وے رسول کول تے پوچھ ਮੈਂ ਤਾਂ ਤੇਰੀ ਗਵਾਹੀ ਤੇ ਰੁਕਵੇ ਨਾ ਤੂੰ ਕਹਿੰਦੀਆਂ ਗਵਾਹੀਆਂ ਵਧਾ ਦੇ ਪੁੱਛਣਾ ਰਸੂਲ ਕੋਲ ਸੂਰੇ ਤਾਰਿਕ ਪੜ ਵਸ਼ਾਹਿਦਿਨ ਵਮਸ਼ਹੂਦ ਮੈਂ ਕੋ ਗਵਾਹ ਦੀ ਕਸਮ ਮਸ਼ਹੂਦ ਜਿਹਦੀ ਗਵਾਹੀ ਦੇਂਦਾ ਰੇ ਮੈਂ ਕੂੰ ਦੀ ਕਸਮ ਗਵਾਹੀ ਦੇਵਣ ਵਾਲੇ ਦੀ ਕਸਮ ਗਵਾਹੀ ਦੇਵਣ ਵਾਲੇ ਦੀ ਕਸਮ ਜਿਹਦੀ ਦੇਂਦਾ ਰੇ ਇਹ ਆਧਾ ਅੱਲਾ ਪੇ ਤੂੰ ਸਾਬਿਤ ਹੋਇਆ ਗਵਾਹੀ ਦੇਵਣ ਵਾਲਾ ਹੀ ਕੋਈ ਵੀ ਆਹ ਜਿਹਦੀ ਗਵਾਹੀ ਦੇਂਦਾ ਰੇ ਉਹ ਹੀ ਕੋਈ ਵੀ ਆਹ ਕੁਰਾਨ ਦੇ ਹਾਸ਼ੀਏ ਤੋਂ ਗਿਣ ਕੇ ਤਫਸੀਰ ਅਹਿਲ ਬੈਤ ਦੀ ਜ਼ਮਾਨਤ ਮੈਂ ਦੇਣਾ ਮੈਂ ਪੰਜਵੇਂ ਇਮਾਮ ਕੋਲ ਪੁੱਛਾ ਕਿ ਗਵਾਹ ਕੌਣ ਹਾ ਗਵਾਹੀ ਕਹਿੰਦੀ ਹੈ ਫਰਮਾਇਆ ਗਵਾਹੀ ਦੇਵਣ ਵਾਲਾ ਨਬੀ ਹਾ ਗਵਾਹੀ ਅਲੀ ਦੀ ਹੈ ਵਾਹ 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 ਵਾਹ
ਦੇਵਣ ਵਾਲਾ ਰਸੂਲ ਆ, ਦੇਵਣ ਵਾਲਾ ਦਵਾਈ ਦੇਵਣ ਵਾਲਾ। ਮੈਂ ਮੌਜੂ ਪਸੰਦ ਨਹੀਂ ਪਿਆ ਆਉਂਦਾ, ਗਵਾਈ ਦੇਵਣ ਵਾਲਾ ਰਸੂਲ ਹਾ, ਗਵਾਈ ਸ਼ੌਹਰੇ ਬਤੂਲ ਦੀ ਹੈ। ਅਲੀ ਜੁਨ ਵਲੀ ਜੁਲਾ ਪੜ੍ਹਨਾ ਕਹਿ ਜ਼ਾਕਿਰ ਦੀ ਸੁਨਤ ਨਹੀਂ, ਰਸੂਲ ਦੀ ਸੁਨਤ ਹੈ। ਘਬਰਾ ਤੋਂ ਨਹੀਂ ਗਏ ਅਲੀ ਜੁਨ ਵਲੀ ਉੱਲਾ ਦਾ ਐਲਾਨ ਕਹਿ ਜ਼ਾਕਿਰ ਕੀਤਾ। ਮੈਂ ਲੋਕ ਕਿਉਂ ਨਹੀਂ ਬੈਠੇ ਤੇ, ਮੈਂ ਸਵਾਬ ਸਮਝ ਕੇ ਬੈਠਾ ਦੇ ਦਾਂ ਤੁਹਾਨੂੰ ਪੜ੍ਹਨ ਵਾਲਾਂ ਦੀ। ਪਰੇਸ਼ਾਨ ਤਾਂ ਥੀ ਵੋ ਜੋ ਪੜ੍ਹਨ ਵਾਲੇ ਨਾ ਹੋਵੇ, ਪੜ੍ਹਨਾ ਹਰ ਕਹਿ ਆਪਣੇ ਵਾਰੇ ਤੇ ਪੜ੍ਹਨਾ। ਇਹ ਜ਼ਾਕਿਰਾਂ ਦੀ ਤਰਫੋਂ ਅਲੀ ਦੀ ਵਿਲਾਇਤ, ਗਦੀਰ ਹੀ ਚੇਲਾਨ ਕਹਿ ਜ਼ਾਕਿਰ ਕੀਤਾ। ਦੇਖੋ ਹੁਣ ਸੁਣਨ ਵਾਲੇ ਤਾਂ ਸਾਰੇ ਉਹ ਸਾਰੇ ਤਾਂ ਮਜਲਿਸ ਨਹੀਂ ਕਰਵਾਉਂਦੇ। ਅਗਰ ਸਰਗਾਨਾ ਸਾਹਿਬਾਨ ਕੋ ਇਹ ਮਾਲਿਕ ਤੋਫੀਕ ਦਿੱਤੀ ਹੈ ਚਾ ਜੋ ਮਜਲਿਸ ਕਰਾਈ ਨੇ ਤੇ ਤੁਸਾਂ ਨਿਵੇ ਕਰਵਾਉਂਦੇ, ਇਹ ਤਾਂ ਨਾ ਆਖੋ ਜੋ ਗੁਨਾਹ ਹੈ। ਉਹਨਾਂ ਨੂੰ ਮਾਲਿਕ ਤੋਫੀਕ ਦਿੱਤੀ ਹੈ ਉਹਨਾਂ ਕਰਾਈਏ, ਤੂੰ ਹਸਦ ਤਾਂ ਨਾ ਕਰ। ਜਿਵੇਂ ਉਹਨਾਂ ਕਰਵਾਈਏ ਤੇ ਤੈਂ ਨਹੀਂ ਕਰਵਾਈ, ਇਵੇਂ ਜਿਹੜੇ ਪੜ੍ਹਦੇ ਨ ਪੜ੍ਹਨ ਦੇ ਆਪ ਨਹੀਂ ਪੜ੍ਹ ਸਕਦਾ, ਹਸਲ ਤਾਂ ਨਾ ਕਰ। ਮੌਲਾ ਦਾ ਨਾਂ ਚਾਹਣਾ ਗੁਨਾਹ ਹੈ? ਛੜਾ ਸਵਾਬ ਨਹੀਂ, ਬਹੁ ਢੇਰ ਸਾ ਖਤਮੇ ਕੁਰਾਨ ਤੈਡਾ ਮੈਡਾ ਪੜ੍ਹਾ ਹੋਇਆ। ਬਾਕਰ ਮਜਲਸੀ ਅਲ-ਰਹਿਮਤ ਬਿਹਾਰੁਲ ਅਨਵਾਰ ਦੀ 38ਵੀਂ ਜਿਲਦ ਦੀ 6ਵੇਂ ਇਮਾਮ ਦਾ ਫਰਮਾਨ ਨਾ ਹੋਵੇ ਮੈਂ ਜਹਾਨ ਤੇ ਨਾ ਹੋਵਾਂ। ਫਰਮਾਨ ਮੈਂ ਜਾਫਰ ਸਾਦਿਕ ਦੇ 16,000 ਦਫਾ ਪੜ੍ਹੇ ਹੋਏ ਖਤਮੇ ਕੁਰਾਨ ਦਾ ਸਵਾਬ ਥੋੜਾ ਹੀ ਇੱਕ ਦਫਾ ਮੇਰੇ ਡਾਡੇ ਦਾ ਨਾਂ ਚਾਹਣ ਦਾ ਸਵਾਬ ਦੇ। ਪੜ੍ਹਦਾ ਪਾੜ ਨਾ ਪੜ੍ਹਦਾ ਨਾ ਪਾੜ, ਇਹ ਆਖਣ ਦੀ ਇਜਾਜ਼ਤ ਮੈਂ ਦੂਹਾਂ ਘਰਾਂ ਕੋ ਨਾ ਦੇ ਸਾਂ ਜੋ ਤੇਰੀ ਬਾਤੇ ਲੈ ਜਾਂ ਤੇਰੀ ਬਾਤੇ ਲੈ। ਮੈਂ ਦੂਹਾਂ ਘਰਾਂ ਨਾਲ ਮੁਖਾਤਬਾਂ, ਭਾਵੇਂ ਜਿਹੜੇ ਪੜ੍ਹਦੇ ਨੇ ਭਾਵੇਂ ਜਿਹੜੇ ਨਹੀਂ ਪੜ੍ਹਦੇ, ਜਿਹੜਾ ਪੜ੍ਹਦਾ ਆਉਂਦਾ ਇਹ ਹੱਕ ਨਹੀਂ ਬਣਦਾ ਜੋ ਨਾ ਪੜ੍ਹਨ ਵਾਲੇ ਕੋ ਆਖੇ ਤੇਰੀ ਬਾਤੇ ਲੈ। ਜਿਹੜਾ ਨਹੀਂ ਪੜ੍ਹਦਾ ਉਹ ਕੋਈ ਕੋਈ ਹੱਕ ਹਾਸਿਲ ਨਹੀਂ ਜੋ ਪੜ੍ਹਨ ਵਾਲੇ ਕੋ ਆਖੇ ਤੇਰੀ ਬਾਤੇ ਲੈ। ਮੌਲਾ ਹਸਨ ਦੇ ਸਾਹਮਣੇ ਜੇ ਬਜ਼ੁਰਗ ਵਜ਼ੂ ਕੀਤਾ ਹਾ ਉਹਦਾ ਵਜ਼ੂ ਬਾਤਿਲ ਹਾ। ਹਸਨੈਨ ਸ਼ਰੀਫੈਨ ਦੇ ਸਾਹਮਣੇ ਜੇ ਵਜ਼ੂ ਕੀਤਾ ਹਾ ਉਹਦਾ ਵਜ਼ੂ ਤਾਂ ਬਾਤਿਲ ਹਾ। ਹੁਣ ਆਖੇ ਨਾ ਚਾਹ ਤੇਰਾ ਵਜ਼ੂ ਬਾਤਿਲ ਹੈ। ਮੌਲਾ ਹਸਨ ਮੌਲਾ ਹੁਸੈਨ ਜਿਹੜੇ ਅੱਲਾਹ ਦੀ ਜ਼ੁਬਾਨ ਹਨ, ਜਾਂ ਮੈਂ ਇਵੇਂ ਆਖਾਂ ਅੱਲਾਹ ਦੀ ਜ਼ੁਬਾਨ ਦੀ ਜ਼ੁਬਾਨ ਹਨ, ਉਹਨਾਂ ਦੀ ਜ਼ੁਬਾਨ ਹੀ ਤੇ ਜ਼ਰੂਰਤ ਨਹੀਂ ਥੀ ਜੋ ਤੇਰਾ ਵਜ਼ੂ ਬਾਤਿਲ ਹੈ। ਅੱਜ ਕਹਿ ਜ਼ਾਕਿਰ ਮੌਲਵੀ ਦੀ ਕਿ ਜ਼ੁਰਤ ਹੈ ਜੋ ਕਹਿ ਨਮਾਜ਼ੀ ਕੋ ਆਖੇ ਤੇਰੀ ਨਮਾਜ਼ ਬਾਤਿਲ ਹੈ। ਅਗਰ ਬਈ ਪੜ੍ਹਾਵਣੀ ਹੈ ਤਾਂ ਕੋਈ ਵਜ੍ਹਾ ਦੱਸ। ਮੈਂ ਮਹਿਮਾਨ ਬਣ ਕੇ ਆਇਆ ਨਮਾਜ਼ੀ, ਅਲਹਮਦੁਲਿਲਾ ਮੈਂ ਨਮਾਜ਼ੀ ਹਾਂ। ਮੈਂ ਯਾਰ ਮਜਲਿਸ ਵੀ ਪੜ੍ਹਾਂ ਤਾਂ ਮੈਂ ਨਮਾਜ਼ ਟਾਈਮ 'ਤੇ ਪੜ੍ਹਦਾ। ਮੈਂ ਨਮਾਜ਼ ਪੜ੍ਹੀਏ ਬਾਨੀਆਂ ਆ ਗਏ, ਮੇਰੇ ਮੇਜ਼ਬਾਨ ਆ ਗਏ, ਸ਼ਾਹ ਸਾਹਿਬ ਇੱਥੇ ਨਮਾਜ਼ ਠੀਕ ਨਹੀਂ, ਇਹ ਜਗ੍ਹਾ ਠੀਕ ਨਹੀਂ, ਇਹ ਪਾਕ ਨਹੀਂ, ਉੱਥਾ ਪੜ੍ਹ। ਤੂੰ ਮੇਰਾ ਹੱਕ ਬਣਦੇ, ਮੈਂ ਬਹਿਸ ਨਾ ਕਰਾਂ, ਉਹ ਮਾਲਕ ਇਹਨੂੰ ਨਾ ਪਤਾ ਹੈ।
ਬੀਆ ਬੰਦਾ ਆਦੇ ਸ਼ਾਹ ਸਾਹਿਬ ਲਿਬਾਸ ਬੀਆ ਪਾਓ ਤੇ ਪਿੱਛੇ ਪੜੋ, ਇਹ ਲਿਬਾਸ ਤੁਹਾਡਾ ਠੀਕ ਨਹੀਂ, ਤੁਸੀਂ ਗੌਰ ਹੀ ਨਹੀਂ ਕੀਤਾ, ਨਿਜਾਸਤ ਲੱਗੀ ਖੜੀ ਹੈ ਪਾਂਚੇ ਤੇ, ਮੇਰਾ ਹੱਕ ਬਣਦਾ ਮੈਂ ਲਿਬਾਸ ਤਬਦੀਲ ਕਰਾਂ, ਪਿੱਛੇ ਪੜਾਂ। ਅਲੀ ਯੁਨ ਵਲੀ ਯੁੱਲਾ, ਤ੍ਰੈ ਲਫ਼ਜ਼ਨ, ਅਲੀ ਵਲੀ ਅੱਲਾਹ, ਉਹ ਕਿਹੜਾ ਲਫ਼ਜ਼ ਹੈ ਜਿਹਦੇ ਨਾਲ ਨਮਾਜ਼ ਬਾਤਿਲ ਹੈ? ਮੈਂ ਕੋ ਲਫ਼ਜ਼ ਤਾਂ ਦੱਸ, ਮੈਂ ਕੋ ਇੱਕ ਲਫ਼ਜ਼ ਦੱਸ ਬਈ, ਇਹ ਫਲਾਣਾ ਜਿਹੜਾ ਲਫ਼ਜ਼ ਪੜੇ ਨਾ, ਇਹਦੇ ਇਹ ਲਫ਼ਜ਼ ਨਾਲ ਤੇਰੀ ਨਮਾਜ਼ ਬਾਤਲ ਹੈ। ਘਬਰਾ ਗਏ ਹੋ? ਡਰਾ ਤਾਂ ਮੈਂ ਡਰਾਂ ਜਿਹੜਾ ਸਪੀਕਰ ਤੇ ਖੜਾ, ਉਹ ਕਿਹੜਾ ਲਫ਼ਜ਼ ਹੈ ਜਿਹਦੇ ਨਾਲ ਨਮਾਜ਼ ਬਾਤਲ ਹੈ? ਅਲੀ ਵਲੀ ਅੱਲਾਹ, 980 ਦਫਾ ਕੁਰਾਨ ਵਿੱਚ ਅੱਲਾਹ ਦਾ ਨਾਂ ਹੈ, 20 ਦਫਾ ਵਲੀ ਦਾ ਨਾਂ ਹੈ, 8 ਦਫਾ ਅਲੀ ਦਾ ਨਾਂ ਹੈ। ਬਸ ਕੁਰਾਨ ਦੀ ਹਰ ਉਹ ਸੂਰਤ ਨਾ ਪੜ੍ਹੀ ਕਰ ਸੂਰੇ ਫਾਤਿਹਾ ਤੋਂ ਬਾਅਦ, ਜੈ ਸੂਰਤ ਵਿੱਚ ਅੱਲਾਹ ਜਾਂ ਅਲੀ ਦਾ ਨਾਂ ਚਾਹੇ ਜਾਂ ਵਲੀ ਦਾ ਨਾਂ ਚਾਹੇ। ਕੋਈ ਬਾਤ ਸਮਝ ਆ ਰਹੀ ਹੈ? ਨਹੀਂ ਆ ਰਹੀ। ਇਹ ਅੱਛਾ ਅਦਰ ਕੱਪੜੇ ਨੇ ਜੇ ਸੋਵੇ ਤਾਂ ਹੀ ਨਮਾਜ਼ ਬਾਤਿਲ, ਜਗ੍ਹਾ ਨਾ ਪਾਕ ਹੋਵੇ ਮੁੰਜ਼ਰ ਅਲੀ ਅਬਾਸ ਤਾਂ ਵੀ ਨਮਾਜ਼ ਬਾਤਿਲ। ਅੱਛਾ ਇਹ ਦੋਹੇ ਸ਼ਹੀ ਪਾਕ ਹੋਵੇ, ਕੱਪੜੇ ਵੀ ਪਾਕ ਹੋਵੇ, ਜਹਾ ਹੀ ਪਾਕ ਹੋਵੇ ਤੇ ਬੰਦਾ ਆਪ ਨਿਜੇ ਸੋਵੇ, ਹਾਂ ਦੱਸੋ ਯਾਰ ਵਪਾਰ ਵਾਲੀ ਗੱਲ ਕਰੋ, ਮੈਂ ਤੁਹਾਡੀ ਜ਼ਬਾਨ ਵਿੱਚ ਖੜਾ ਬੋਲੇਨਾ, ਤੁਹਾਡੇ ਇਮਾਮ ਦੇ ਕਰੀਬ ਥੀ ਕੇ ਖੜਾ ਬੋਲੇਨਾ, ਕੱਪੜੇ ਵੀ ਪਾਕ, ਕੱਪੜੇ ਵੀ ਪਾਕ, ਜਗ੍ਹਾ ਵੀ ਪਾਕ ਤੇ ਆਪ ਨਿਜਿਸ, ਨਮਾਜ਼ ਬਾਤਿਲ, ਤੇਰਾ ਬਦਨ ਤਾਂ ਪਾਕ ਹੈ ਨਾ, ਪਤਾ ਹੀ ਕਿਉਂ ਹੈ? ਮੈਂ ਆਇਤ ਮੁਦਰ ਮੈਂ ਆਇਤ ਪੜਵਾ, ਵੱਲੌਲਾ ਫਜ਼ਲੁਲਲਾਹ ਅਲੈਕੁਮ ਵਰਹਮਤੁਹੁ ਮਾ ਵਕਾ ਮਿਨਕੁਮ ਮਿਨ ਅਹਦਿਨ ਅਬਦਾ। ਮੇਰਾ ਰਸੂਲ ਇਹਨਾਂ ਕੋ ਆਖਚਾ, ਅਗਰ ਤੁਹਾਡੇ ਤੇ ਅੱਲਾਹ ਦਾ ਅੱਲਾਹ ਦੀ ਰਹਿਮਤ ਨਾ ਹੁੰਦੀ, ਤੁਹਾਡੇ ਚੋਂ ਕੋਈ ਹੀਕੀ ਪਾਕ ਨਾ ਹੁੰਦਾ। ਅੱਲਾਹ ਦਾ ਫਜ਼ਲ ਤੇ ਅੱਲਾਹ ਦੀ ਰਹਿਮਤ ਨਾ ਹੁੰਦੀ, ਤੁਹਾਡੇ ਚੋਂ ਕੋਈ ਹੀਕੀ ਪਾਕ ਨਾ ਹੁੰਦਾ, ਅਬਦਨ ਕਦਾ ਹੀ ਪਾਕ ਨਾ ਹੁੰਦਾ। ਮੈਂ ਕੁਰਾਨ ਦੇ ਵਾਰਿਸ ਕੋਲ ਪੁੱਛਿਆ, ਅੱਲਾਹ ਦਾ ਫਜ਼ਲ ਕੌਣ ਹੈ, ਅੱਲਾਹ ਦੀ ਰਹਿਮਤ ਕੌਣ ਹੈ? ਫਰਮਾਇਆ ਮੁਹੰਮਦ ਰਸੂਲਲਾ, ਅੱਲਾਹ ਦਾ ਫਜ਼ਲ ਹੈ, ਅਲੀ ਵਲੀਉੱਲਾ, ਅੱਲਾਹ ਦੀ ਰਹਿਮਤ ਹੈ। ਤੂੰ ਨਮਾਜ਼ ਪੜ੍ਹਨ ਦੇ ਕਾਬਿਲ ਬਣੇ ਤਾਂ ਯਾ ਨਬੀ ਦੀ ਵਜ੍ਹਾ ਤੂੰ, ਯਾ ਅਲੀ ਦੀ ਵਜ੍ਹਾ ਤੂੰ। ਵਿਲਾਇਤ ਮਨਸਬ ਉਹ ਹੈ ਜਿਹੜਾ ਵਿਲਾਇਤ ਤੋਂ ਨਾ ਵਿਲਾਇਤੁੱਲਾ, ਇਹ ਅਲੀ ਦਾ ਇਨਕਾਰ ਨਾ ਬੈਠਾ ਕਰੇ ਦਾ, ਅੱਲਾਹ ਦਾ ਬੈਠਾ ਕਰੇ ਨਾ। ਸੂਰਹ ਕਾਫ ਹੁਸੈਨ ਕੋ ਸਾਰਾ ਕੁਰਾਨ ਆਉਂਦਾ, ਹਾ ਕਰਬਲਾ ਤੋਂ ਗਿਣ ਕੇ ਸ਼ਾਮ ਤੇ ਜਿੱਥਾਂ ਪੜ੍ਹੀਏ ਸੂਰਹ ਕਾਫ ਪੜ੍ਹੀਏ, ਇਹਦੀਆਂ ਆਯਾਤ ਨੀ 110 114 ਸੂਰਤਾਂ ਚੋਂ ਸੂਰਹ ਕਾਫ ਉਹ ਸੂਰਤ ਹੈ ਜਾਂ ਸੂਰਤ ਵਿੱਚ ਅੱਲਾਹ ਦੀ ਆਪਣੀ ਸੂਰਤ ਛੁਪੀ ਹੋਈ ਹੈ। ਹੋਨਾ ਲਿਕਲ ਵਲਾ ਯਤੁਲ ਲਿਲਾਹਿਲ ਹਕ, ਇਹਨਾਂ ਕੋਲ ਦੱਸਾ ਚ ਵਿਲਾਇਤ ਅੱਲਾਹ ਦੀ ਤਰਫੋਂ ਏ ਤੇ ਹੀ ਵੇ ਹੱਕ, ਸੁਭਾਨ
ਤੁਹਾਡਾ ਟੁਰਾਇਆ ਕਬੂਲ ਕਰੇ, ਮੌਲਾ ਤੁਹਾਡੇ ਸਾਰਿਆਂ ਦੀ ਨੇਕ ਦੁਆਈ ਪੂਰੀਆਂ ਕਰੇ। ਜ਼ਿਆਦਾ ਨਹੀਂ ਪੜ੍ਹਨਾ, ਬਸ ਇੱਕ ਜੁਮਲਾ ਸਾਹਿਬ ਤਾਂ ਸੁਣੋ, ਮੈਂ ਮੈਂਬਰ ਹਵਾਲੇ ਕਰਾਂ। ਹੱਥਾਂ ਕੋ ਦੇਖ ਕੇ ਅਲੀ ਰੋਂਦਾ ਹਾ, ਰੋਣ ਵਾਲਾ ਕਈ ਅਲਮ ਤੋਂ ਦੇਖ ਕੇ, ਕੋਈ ਮੈਂਬਰ ਤੋਂ ਦੇਖ ਕੇ, ਨਾਲ ਬੈਠੇ ਅਦਾਰ ਤੋਂ ਦੇਖ ਕੇ, ਬਜ਼ੁਰਗ ਤੋਂ ਦੇਖ ਕੇ, ਚਿੱਟੀ ਦਾੜੀ ਵਾਲੇ ਤੋਂ ਦੇਖ ਕੇ, ਸੈਯਦ ਤੋਂ ਦੇਖ ਕੇ ਰੋਣਨ, ਸ਼ਬੀ ਤੋਂ ਦੇਖ ਕੇ ਰੋਣਨ, ਅਲੀ ਹੱਥਾਂ ਕੋ ਦੇਖ ਕੇ ਰੋਂਦਾ। ਫਰਮਾਵੇ ਨਾ ਕਿਆ ਫਾਇਦਾ ਇਹਨਾਂ ਦਾ ਯਦੁੱਲਾ ਹੋਵਣ ਦਾ, ਇਹ ਹੱਥ ਵੀ ਮੌਜੂਦ ਹੈ, ਵਕਤੀ ਮੁਹੰਮਦ ਦੀ ਧੀ ਮਰੀ ਦੀ ਰਹੀ। ਇਹ ਹੱਥ ਵੀ ਮੌਜੂਦ ਹੈ, ਵਤ ਵੀ ਮੁਹੰਮਦ ਦੀ ਧੀ ਮਰੀ ਦੀ ਰਹੀ। ਜਿਹੜਾ ਬਤੂਲ ਦੀ ਚੱਲ ਹੀ ਕਬਰ ਬਣਾ ਸਕਦਾ ਹੈ, ਨਾਲ ਬਣਾਵਣ ਵਾਲਾ ਵੀ ਆ ਕੋਈ ਨਹੀਂ, ਕੱਲਾ ਹੈ। ਬਸ਼ਰੀਅਤ ਦੇ ਮਿਆਰ ਵਿੱਚ ਤੁਲੇ ਸਿੰਧ ਤੇ ਕੋਈ ਸਮਝ ਹੀ ਨਾ ਸੀ, ਬਸ਼ਰ ਦਾ ਕੰਮ ਹੀ ਨਹੀਂ ਹੀ ਕਰਾਤੀ, ਚਾਲੀ ਕਬਰ ਬਣਾਉਣ, ਚਾਲੀ ਬੰਦਾ ਇਕੱਠਾ ਕਰੇ ਨੇ ਤੇਰੇ ਕੋਲ ਇੱਕ ਕਬਰ ਬਣਦੀ ਹੈ ਚਾਰ ਘੰਟਿਆਂ 'ਚ। ਜਿਹੜਾ ਚਾਲੀ ਕਬਰ ਇੱਕ ਰਾਤ ਵਿੱਚ ਬਣਾ ਸਕਦਾ ਹੈ, ਮਦੀਨੇ ਤੋਂ ਮਦੈਨ ਸਲਮਾਨ ਦਾ ਜਨਾਜ਼ਾ ਪੜ੍ਹਾ ਸਕਦਾ ਹੈ, ਆਪਣੇ ਜਨਾਜ਼ੇ 'ਚ ਆਪ ਆ ਸਕਦਾ ਹੈ, ਆਪਣਾ ਤਾਬੂਤ ਮਦੀਨੇ ਨਹੀਂ ਪਹੁੰਚਾ ਸਕਦਾ। ਪੁੱਤਰਾਂ ਆਖਈਏ ਬਾਬਾ ਤੇਰਾ ਜਨਾਜ਼ਾ ਅਸਾਂ ਮਦੀਨੇ ਗਿਣਵੈਨੇ, ਫਿਰ ਮੈਨੇ ਨਹੀਂ, ਮੈਂ ਕੋ ਤੁਹਾਡੀ ਮਾਂ, ਤੂੰ ਸ਼ਰਮ ਆਉਂਦੀ। ਸਾਡੇ ਖਿਲਾਫ ਪ੍ਰਾਪਗੰਡਾ ਕਰੇ ਨੇ, ਨਾ ਦੇ ਸਾਹਬਾ ਕੁੰਡੀ ਮੰਨਦੇ, ਲਾਈਵ ਮਜਲਿਸ ਪੇ ਚਲਦੀ ਹੈ, ਚਿੱਟੇ ਡੀ ਕੋ ਖੜਾ ਦਾ, ਬਰਸਰ ਮੈਂਬਰ ਖੜਾ ਦਾ, ਸਪੀਕਰ ਤੇ ਮੂੰਹ ਰੱਖ ਕੇ ਖੜਾ ਦਾ, ਨਾ ਮੰਨੂ ਆ ਅਸਾਂ ਸਾਹਬਾ ਕੋ। ਯਾਰ ਦੁਨੀਆਂ 'ਚ ਉਹ ਲੋਕ ਹੀ ਤਰ੍ਹਾਂ ਦੇ ਪੈਣ ਜਿਹੜੇ ਅੱਲਾਹ ਕੋ ਨਹੀਂ ਮੰਨਦੇ। ਅਸਾਂ ਸਾਹਬਾ ਕੋ ਨਾ ਮੰਨੂ ਹਾ ਜੋ ਅਹਿਲੇ ਬੈਤ ਸਾਹਬਾ ਕੋ ਨਾ ਮੰਨਦੇ। ਰਸੂਲ ਦੀ ਧੀ ਤੋਂ ਵੱਡਾ ਅਹਿਲ ਬੈਤ ਦਾ ਫਰਦ ਕੋਈ ਨਹੀਂ। ਸਾਹਬਾ ਕੋ ਏਡਾ ਮੰਨਦੀ ਹੈ ਜੋ ਇੱਕ ਚਿੱਟੀ ਦਾੜੀ ਵਾਲੇ ਸਾਹਬੀ ਕੋ ਚਾਚਾ ਖੜੀ ਸਨ। ਤੈਂ ਕੋਲੂ ਖੜ ਕੇ ਨਹੀਂ ਸੁਣਾ, ਅਸਾਂ ਇੱਥਾਂ ਬਹਿ ਕੇ ਸੁਣ ਗਏ ਤੇ ਜਦ ਆਦਿ ਖੜੀ ਗਈ ਚਾਚਾ ਸਲਮਾਨ, ਮੈਂ ਥੱਕ ਪਈ ਹਾਂ, ਮੈਂ ਏਡਾ ਖੜੀ ਕਰਾਂ ਨਾ, ਮੇਰੀ ਗਵਾਈ ਨੇ ਮੈਂ ਆਵਾਂ ਹਾਂ ਤਾਂ ਬਾਬਾ ਉੱਠੀ ਕਰਦਾ, ਮੈਂ ਥੱਕ ਪਈ ਹਾਂ, ਬਸ ਖਤਮ। ਤ੍ਰੈ ਜਮਾਤੀ ਉਸਾਨੀ ਕੋ ਪਈਆ ਦੀ ਯਾ ਅਲੀ, ਬੀਬੀ ਤੇ ਦੁੱਖ ਮੁਕਦਨ, ਮੇਰੇ ਤੋਂ ਪਹਿਲੇ ਡੂਹ ਪੜ ਗਏ ਨਾ ਤੇ ਡੂਹ ਹਜ਼ਾਰ ਬੰਦਾ ਪੜ ਵਜੇ, ਜਿਹਦਾ ਅੱਜ ਵੀ ਹੱਥ ਇੱਥੇ, ਉਹਦੇ ਦੁੱਖ ਨਹੀਂ ਮੁਕਦੇ। ਤ੍ਰੈ ਜਮਾਤੀ ਉਸਾਨੀ ਕੋ ਪਈਆ ਦੀ ਯਾ ਅਲੀ, ਹੁਣ ਮੈਂ ਜ਼ਿੰਦਗੀ ਤੋਂ ਥੱਕ ਪਈ, ਮੇਰੀਆਂ ਵਸੀਤਾਂ ਸੁਣ, ਬੀਬੀਆਂ ਦੀ ਪਹਿਲੀ ਵਸੀਅਤ, ਜਿਹੜੇ ਮੇਰੇ ਬਾਬੇ ਦੇ ਜਨਾਜ਼ੇ ਨਹੀਂ ਆਏ, ਇਹ ਕਿਉਂ ਆਖਾਂ, ਇਹ ਦਰਦ ਕਿਆ, ਵਰਮ ਕਿਆ। ਮੈਂ ਉਹ ਵਰਮ ਦੀ ਨਿਸ਼ਾਨਦੇਹੀ ਕਰਨਾ ਚਾਹੁੰਦਾ ਬਈ, ਅਲਰ ਕੋਈ ਜਨਾਜ਼ਾ ਹੋਏ ਗਰੀਬ ਪਿਛਲੀਆਂ ਸਫਾਂ 'ਚ ਖੜਦਾ, ਅਮੀਰ ਭਾਵੇਂ ਅੱਲਾਹ ਦੀ ਨਮਾਜ਼ ਹੀ ਨਾ ਪੜੇ, ਬੰਦਿਆਂ ਦੇ ਨੱਗੇ ਆ ਜਾਓ, ਪਿਓ ਦੰਜ ਨਾ ਲਓ, ਗਰੀਬ ਦੇ ਪਿਓ ਦਾ
ਹਰ ਕੋਈ ਆਦੇ ਪਿੱਛੇ ਆ ਮੰਜ ਮੌਲਾਨਾ ਸਾਹਿਬ ਦੇ ਪਿੱਛੇ ਇੱਕ ਪਹਿਲੀ ਸਫ ਚ ਖੜੇ ਜਨਾਜ਼ੇ ਚ ਪੁੱਤਰ ਖੜਦਾ ਕੁਲਾ ਚ ਮਾਰਦਾ ਦੀਨ ਜਨਾਜ਼ੇ ਖੜਦੀਏ ਨਾ ਕੁਲਾ ਚ ਮਾਰਦੀਏ ਨਾ ਵਿਆਹ ਦੀ ਗਰੇ ਦੇ ਘਰ ਵਾਲਾ ਮੈਂ ਵੱਦ ਖਾਣ ਕੇ ਪੁੱਛਦੀਏ ਮੇਰੇ ਬਾਬੇ ਦੇ ਜਨਾਜ਼ੇ ਬੰਦੇ ਚੋਕੇ ਅਲੀ ਦਫਨਾ ਕੇ ਵੱਲੇ ਬੂਹੇ ਤੇ ਖੜੀ ਆਈ ਆਦੀ ਰਸ ਚੋਕਾ ਸਿਆ ਨਾ ਗਈ ਮੇਰੇ ਮੱਛੀ ਬੈ ਵੀ ਬਾਬਾ ਨਾ ਆਦੀ ਮੇਰਾ ਬਾਦਸ਼ਾਹ ਬਾਬਾ ਤੁੜਾ ਸਰਦਾਨਾ ਖਾਨਦਾਨ ਅਲਦਾਰ ਘਰਾਨਾ ਸਾਦਾਤ ਦਾ ਇਤਰਾਮ ਕਰਨ ਵਾਲਾ ਘਰਾਨਾ ਤੁਹਾਡਾ ਕੋਈ ਨੌਕਰ ਮਰ ਵਣੇ ਤੁਹਾਡੇ ਮੂੰਹ ਤੋਂ ਹਜ਼ਾਰਾਂ ਬੰਦੇ ਆਵਣ ਰਸੂਲ ਤੁਹਾਡਾ ਸਰਦਾਰ ਕੋਈ ਨਹੀਂ ਜਨਾਜ਼ੇ ਤੋਂ ਸਾਥ ਬੰਦੇ ਪਤਾ ਨਹੀਂ ਬਾਦ ਦੀ ਤੁਰੀਏ ਜਨਾਜ਼ੇ ਨੌ ਬੰਦੇ ਚਾਲੀ ਸਾਲ ਬਾਅਦ ਦੱਸਾਂ ਦਾ ਜਨਾਜ਼ਾ ਤੇਰਾ ਬੰਦੇ ਹੁਸੈਨ ਜਿਹਦਾ ਪੜਾਈ ਗਏ ਜਿਹਦੀ ਮਿਹਨਤ ਦੀ ਆਈ ਕੋਈ ਮੁਸਾਫਿਰ ਮਰ ਗਏ ਕੋਹਰਾਮ ਨਸੈਨੇ ਇਹ ਕੋਹਰਾਮ ਜਨਾਜ਼ੇ ਦੇ ਇਸਤਕਬਾਲ ਲਿਆਉਂਦੇ ਰਿਸ਼ਤੇਦਾਰ ਜਨਾਜ਼ਾ ਚਾਵਣ ਵੇਨ ਕੋਈ ਲੁੱਕਾ ਹੀ ਖੜਾ ਹੋਵੇ ਤਾਂ ਬੰਦੇ ਆਦੇ ਨੂੰ ਕੁਸਾਦ ਉਹ ਕੁਸਾਦ ਗੈਰ ਬਾਹਰੋਂ ਬਹਿੰਦੇ ਨੇ ਫੂੜੀ ਵਿੱਚ ਦੀ ਉੱਤੇ ਬਹਿਰਾਨ ਕੋਈ ਲਾਗ ਵੈਂਦੇ ਜੋ ਜਨਾਜ਼ਾ ਚਵੀ ਗਈ ਆਖਣਾ ਨਹੀਂ ਪਾਉਂਦਾ ਆਪੇ ਉੱਠੀ ਖੜਦੇ ਇੱਕ ਸਵਾਲ ਦਾ ਜਵਾਬ ਦਿਓ ਜਨਾਜ਼ਾ ਉੱਠੀ ਨਾ ਪਿਆ ਹੋਵੇ ਢੇਰ ਕੌਣ ਰੋਂਦਾ ਧੀਆਂ ਰੋਣੀਆਂ ਗਰੀਬ ਜਨਾਜ਼ਾ ਚਵਣ ਤੂੰ ਪਹਿਲੇ ਧੀਆਂ ਦੇ ਅਗਵਾਸ ਕਰਾਂ ਬਾਬਾ ਤੂੰ ਕਿਉਂ ਹੱਥ ਕਿਉਂ ਬੰਦ ਮੈਂ ਨੌਕਰ ਜੁੜਦਾ ਉਹ ਮਾਤਮ ਤੇ ਰਸੂਲ ਦੀ ਧੀ ਦਾ ਜਨਾਜ਼ਾ ਤੈ ਚਾਏ ਇੱਕ ਪਾਵਾਰੀ ਚਾਏ ਵੀ ਆਪਾਂ ਵਾ ਸਲਮਾਨ ਜਿਹੜਾ ਹੈ ਹੀ ਉਹਦਾ ਨਾਂ ਚਾਹੁੰਦੇ ਖੜੇ ਤੀਜਾ ਪਾਵਾ ਪਾਵੇ ਹੱਥ ਕੰਮਦੇ ਐ ਫਿਜ਼ਾ ਚਵਾਏ ਚੌਥਾ ਪਾਵਾ ਚਾਵਣ ਵਾਲੇ ਤੂੰ ਐਨ ਕੱਦ ਛੋਟੇ ਐਨ ਕਲੀਆਂ ਤੇ ਮਾਦ ਮਈਆ ਕਿ ਸ਼ੀਆ ਦਾ ਹੱਥ ਨਾ ਲਾਵੇ ਸੁਣੀ ਬੇਸ਼ਕ ਹੈ ਚ ਕਰੇ ਸ਼ੀਆ ਦਾ ਹੱਥ ਨਾ ਲਾਵੇ ਮਾਤੋ ਜਨਾ ਦੇ ਲੱਲਾ ਕਰ ਕਬੀਰਾ ਗੁਲਾਮਾ ਸੀਨ ਤੋੜ ਕਈ ਧੀਰ ਕੋਈ ਨਹੀਂ ਮੈਂਦਾ ਕੋਈ ਨਾ ਕੋਈ ਆਵੈਂਦਾ ਆਲੇ ਹੱਥਾਂ ਨੇ ਮੈਂ ਸਹੀ ਦੇਵਾਂ ਸੱਤਰ ਕਦਮਾਂ ਤੇ ਬੀਬੀ ਦਾ ਜਨਾਜ਼ਾ ਗਏ ਬੀਬੀ ਆ ਗਈ ਯਾਰੀ ਮੇਰਾ ਜਨਾਜ਼ਾ
ਰੱਖਾਂ ਹੈ, ਜ਼ਿੰਦਗੀ ਦਾ ਪਤਾ ਕੋਈ ਨਹੀਂ। ਖੁਦਾ ਬਈ ਮਤਾ ਇਹਨਾਂ ਬਜ਼ੁਰਗਾਂ ਤੋਂ ਕਹਿਣ ਦੀ ਆਖਰੀ ਹੋਵੇ ਤੇ ਅੱਜ ਇਹ ਸਾਲ ਦਾ ਆਖਰੀ ਦਿਨ ਹੁਸੈਨ ਦੇ ਮਾਤਮ ਤੋਂ ਮੁੱਕੇ, ਹੁਸੈਨ ਦੀ ਮਾਂ ਦੇ ਦੁੱਖਾਂ ਦੇ ਮਦਦ ਹੀ ਤੂੰ ਬਿਹਤਰ ਕਿਆ ਹੈ। ਮੈਂ ਵਹਿਣ ਪਿਆ ਕਲੈਣਾ ਫਿਜ਼ਾ ਆਦੀ ਰੱਖਾ ਤਹੀ ਇੱਕ ਦਫ਼ਾ ਮੂੰਹ ਤਾਂ ਨਹੀਂ ਖਾ, ਜਿਹੜੇ ਮਾਤਮੀ ਬੈਠੇ ਹੋ ਰੋ ਪਿਆ ਦੇ ਮੋਢੇ ਥੱਕੇ ਲੋਕ ਸਾਏ ਅਮਲੀ ਦਾ ਬਾਂਦੇ ਤੂਫਾਨ ਦੇ ਆਪ ਖੁਲੇ ਦਾ ਹੱਥ ਪਾਸੇ ਹੌਸਲਾ ਬਜ਼ੁਰਗੋ ਜਵਾਨਾ ਹੌਸਲਾ, ਮੈਂ ਤੁਹਾਡੇ ਮਹਿਮਾਨ ਸਯਾਦਾਂ ਇਹ ਹੱਥ ਬੱਧੀ ਖਣਾ। ਮਸਾਇਬ ਤੇਰੋ ਬਣ ਦਾ ਮਤਲਬ ਇਹ ਨਹੀਂ ਜੋ ਕਈ ਵਾਸਤੇ ਮਸਾਇਬ ਬਣ ਬਣਦਾ ਹੈ ਤਾਂ ਸੁੱਖ ਬਣ, ਮੇਰੇ ਨਾਲ ਵਾਅਦਾ ਕਰ ਕਦਹ ਲੜਾਈ ਥੀ ਵਣੇ ਮਰਦ ਮਾਰੇ ਮਸਤੂਰ ਕੁਨ ਮਾਰੇ ਬੰਦੇ ਵਿੱਚੋਂ ਮਾਰੋ ਜਿਨ੍ਹਾਂ ਦੀ ਕੋਈ ਪਤਾਦਾਰ ਕੁਮਾਰੇ ਅਲੀ ਬਹਿ ਰਹੇ ਵਰਤਾ ਦੇ ਮੋਲ ਤੁਰੋਂ ਦਾ ਖੜੇ ਮੁਸਲਮਾਨ ਨੱਚਦੇ ਖੜੇ ਆ ਮੈਂ ਕੁਆ ਦਿਨ ਮੇਰਾ ਪੈਗਾਮ ਕੀ ਦੀਵਾਂ ਜਾ ਪਾਕਿਆ ਕੀ ਹਸਨ ਦੇ ਬਾਬੇ ਕੋ ਅਸਾਂ ਕੀ ਵੇ ਕਰਾ ਦੀ ਉਹ ਤਾਰਾ ਹੈ ਤੇ ਮਾਰਾ ਸਾਡੇ ਮਰਦਾਂ ਕੋ ਅਸਾਂ